कुड़िए बाहर देख कौन आया। हाँ जी देख रही हूँ। क्या देख पे? छोटी दादी आए हैं। उनके आ जा नगा नगा लान अंदर। हाँ जी भैन जी घर ही हाँ। घर ही हाँ। सत श्री अकाल। सत श्री अकाल। की हाल है? ठीक है। होर भैन जी सेहत सुनाओ अपनी कि हूँ? ठीक है सब कुछ ठीक है। की करती सी भैन मेरी? कुछ नहीं रोटी खा के बैठी हाँ। ले अज तो हल्ला मार लिया जल्दी? भुख बड़ी लगी हुई सी। अच्छा हाँ फिर दिन बड़े हो गए ना हम भैन जी भुख लग ही जाती है ना। सवेर की एक रोटी खाधी सी। हाँ है शक्ल तो लगती नहीं एक रोटी खाने वाली। एक रोटी खाधी सी सवेर की। अच्छा जो भी चाह ने डोब डोब के। अच्छा सब कुछ तो लगता अंदर। ना भैन जी तुसी व्याह ते भी नहीं आए की गल है? व्याह ते मेरी सेहत ही नहीं चंगी सी मैं उना की करा ना। सामने गवांडे ते बड़ा टप टप के जांदी सी जागुआ च भंगड़े पौंदी सी ते जदों घर दा व्याह आया उदों तैनूं की मौत पै गई? हाय मौत मैनूं तां पई हुई आ होर मैनूं मौत तां की तुसी पौणा। उदों उहनां दे गवांडियां दे व्याह ते कड़ोलियां चक चक के नचदी सी जागो ते। मैं तां इत्थे नहीं जाणा इसे मुंड ओह किड्डी दूर सीगा। ना ओह गवांडी तां असीं तेरा शरीका शरीका मामा सीगा। पता की गल मेरी मेरा जिहड़ा ना पेट ओह जिहड़ा ज्यादा होया अज ने कड़ोली फड़ी एक नचदी ओ तो तेन कह नहीं सकता कोई बीमार है तू है गल कर दी हूं तू मैं घर की पोती का ब्याह तू आई नहीं पोते ब्याह से सेहत ने ना चंगी सी सारे गए हुए ਬੋਕੀ ਵੀ ਗਈ ਸੀ ਸਾਰੇ ਗਏ ਸੀ ਸਾਰੇ ਗਏ ਪਰ ਜਿਹੜਾ ਤੇਰਾ ਕੰਮ ਸੀ ਤੂੰ ਹੀ ਆਉਣਾ ਸੀ ਨਾ ਨਾ ਤੂੰ ਮਾਈਏ ਤੇ ਪਹੁੰਚੀ ਪਹਿਲੇ ਮੀਂਹ ਕਰਕੇ ਨਹੀਂ ਨਿਕਲ ਹੋਇਆ ਤੇ ਕਿਤੇ ਤਿਲਕ ਪਈ ਤਾਂ ਹੋਰ ਜਾ ਜਾਂਦੀ ਹੋਣੀ ਸੱਟ ਲੱਗ ਜੂ ਕਿਤੇ। ਹਾਂ ਭੈਣ ਜੀ ਤੂੰ ਤਿਲਕ ਦੀ ਤਾਂ ਸੀ ਚੱਕਣ ਵਾਲੇ ਉੱਥੇ ਬਈ ਬਥੇਰੇ ਲੋਕ ਸੱਟ ਤੇ ਮੈਂ ਸੱਟ ਲੱਗਦਾ ਮੈਂ ਸੱਟ ਤਾਂ ਮੈਨੂੰ ਵੀ ਲੱਗੇ ਸੀ ਮੈਨੂੰ ਕਿਹਨੇ ਚੱਕਣਾ ਸੀ ਚੱਕਣਾ ਤਾਂ ਇੱਕ ਪਾਸੇ ਰਿਹਾ ਤਾਂ ਦੁੱਖ ਤਾਂ ਮੇਰੇ ਭਾਦਾ ਹੋ ਜਾਣਾ ਸੀ। ਨਾ ਤੁਸੀਂ ਮਾਈਆਂ 'ਤੇ ਪਹੁੰਚੇ ਨਾ ਤੁਸੀਂ ਭੋਗ 'ਤੇ ਪਹੁੰਚੇ ਨਾ ਤੁਸੀਂ ਜਾਗੋ 'ਤੇ ਪਹੁੰਚੇ ਭੈਣ ਜੀ। ਬੱਚੇ ਸਾਰੇ ਗਏ ਹੋਏ ਸੀ ਬੋਟੀ ਵੀ ਗਈ ਸੀ ਕੁੜੀ ਵੀ ਗਈ ਸੀ। ਪਰ ਤੁਹਾਡੀ ਜੋ ਗੱਲ ਮੰਨਦੀ ਦਾਦੀ ਨੂੰ ਤਾਂ ਆਉਣਾ ਬਣਦਾ ਕਿ ਨਾ ਵੱਡੀ ਦਾਦੀ ਸੀ ਤੁਸੀਂ ਸੀ ਤਾਂ ਸਹੀ ਗਲਤ ਕੀਤਾ ਤੁਸੀਂ ਭੈਣ ਜੀ ਇਹ ਗਲਤ ਕਹਦਾ ਸਹੀ ਆ ਤੁਹਾਨੂੰ ਆਉਣਾ ਚਾਹੀਦਾ ਸੀਗਾ ਹੈ ਭੈਣ ਜੀ ਸਿਹਤ ਨਹੀਂ ਨਾ ਚੰਗੀ ਮੇਰੀ ਸਗਨ ਦੇਣ ਦੀ ਮਾਰੀ ਨਹੀਂ ਇਹ ਵੀ 10 ਰੁਪਈਆ ਬਾਰਨਾ ਕਰਨਾ ਪੈ ਜੂਗਾ ਭੈਣੇ ਮੇਰੀ ਮੈਂ ਤਾਂ ਸਗਨ ਬਥੇਰਾ ਦੇ ਕੇ ਮੈਂ ਤਾਂ ਕਦੇ ਕਿਸੇ ਨੂੰ ਘੱਟ ਸਗਨ ਦਿੱਤਾ ਹੀ ਨਹੀਂ। ਮੈਂ ਹੁਣ ਇੱਧਰ ਸਾਰੇ ਭਾਜੀਆਂ ਫੰਡਦੀਆਂ ਆਈ ਹਾਂ ਸਾਰੇ ਅਤੇ ਮੈਂ ਕਿਹਾ ਭੈਣ ਜੀ ਨੂੰ ਦੇ ਕੇ ਆਵਾਂ ਭਾਜੀ ਨਾਲੇ ਹਾਲ ਚਾਲ ਪੁੱਛਿਆ ਖਬਰ ਲੈ ਆਵਾਂ ਪਰਾਹੁਣੇ ਅੱਜ ਗਏ ਆ ਭਾਜੀ ਦੀ ਕੋ ਕਾਹਲੀ ਸੀ ਠਹਿਰ ਕੇ ਦੇ ਦਿੰਦੀ। ਹਾਂ ਹੈ ਹਫ਼ਤਾ ਤਾਂ ਹੋ ਗਿਆ ਭੈਣ ਜੀ ਕੁੜੀਆਂ ਅੱਜ ਗਈਆਂ ਇੱਕ ਛੋਟੀ ਕੁੜੀ ਹਾਲੇ ਇੱਥੇ ਆ ਉਹਨੂੰ ਹਾਲੇ ਤੋਰਨਾ ਛੋਟੀ ਕੁੜੀ ਇੱਥੇ ਆ ਨਿਆਣੇ ਵੀ ਇੱਥੇ ਹੀ ਆ ਮੈਂ ਕਿਹਾ ਚੱਲ ਛੁੱਟੀਆਂ ਰਹਿ ਲਾ 4 ਦਿਨ ਆ ਹੌਲੀ ਹੌਲੀ ਚੱਲ ਜਾਣਗੇ ਹੋਰ ਕੀ ਭੈਣ ਜੀ ਕੰਮ ਥੋੜ੍ਹਾ ਪੈਂਦਾ ਕਿਤੇ ਆ ਹੋਊਗਾ ਛਪੇਊ ਭੈਣ ਜੀ ਕਿਤੇ ਦਲੀ ਤੇ ਮਲੀ ਹਾਏ ਭੈਣ ਜੀ ਕਿਤੇ ਛੋਟੀ ਕੁੜੀ ਦੇ ਨਿਆਣੇ ਇੰਨੇ ਅੱਥਰੇ ਆ ਨਾ ਬੜਾ ਦੁਖੀ ਕਰਦੇ ਆ ਉੱਪਰਲੀਆਂ ਚੀਜ਼ਾਂ ਥੱਲੇ ਥੱਲੜੀ ਮਿੱਟੀ ਉੱਪਰ ਕਿਤੇ ਬੁਰਾ ਹਾਲ ਕੀਤਾ ਘਰ ਦੇ ਸ਼ੋਕੇਸ਼ਾਂ 'ਚੋਂ ਚੀਜ਼ਾਂ ਕੱਢ ਕੱਢ ਉਹ ਮਾਰਦੇ ਕਿਤੇ ਕੋਈ ਚੀਜ਼ ਨਹੀਂ ਟਿੱਕੀ ਰਹਿਣ ਕੇ ਦਿੰਦੇ ਪਈ ਇੱਦਾਂ ਦੇ ਸਾਰੇ ਨਿਆਣੇ ਇੱਦਾਂ ਦੇ ਆ ਟਿਕਿਆ ਸਹੀ ਗੱਲ ਆ ਭੈਣ ਜੀ ਬੜੇ ਔਖੇ ਆ ਸੰਭਾਲਣੇ ਕਿਸੇ ਦੇ ਅੱਗੇ ਨਿਆਣੇ ਇਹਨਾਂ ਹੁਣ ਕਿਤੇ ਪਤਾ ਨਹੀਂ ਸੀ ਲੱਗਦਾ ਕੰਨਾਂ 'ਚ ਨਹੀਂ ਸੀ ਪਏ ਉਹ ਰੜਕਦੇ ਹਾਏ ਹਾਏ ਹੁਣ ਤਾਂ ਪਤਾ ਨਹੀਂ ਲੱਗਦਾ ਡਰਦੇ ਨੇ ਚੀਜ਼ਾਂ ਉੱਥੋਂ ਲਾਓ ਤੇਰਾ ਅਗਲੇ ਦੇ ਘਰ ਹੁਣ ਤਾਂ ਵੀ ਇਹ ਕੰਮ ਕਰਦੇ ਯਾ ਭੈਣ ਜੀ ਮਾਵਾਂ ਵੀ ਇਦਾਂ ਦੀਆਂ ਆਈਆਂ ਅੱਜ ਕੱਲ੍ਹ ਦੀਆਂ ਸ਼ੋਕੇਸ਼ਾਂ 'ਚੋਂ ਚੀਜ਼ਾਂ ਕੱਢ ਕੱਢ ਕੇ ਦਊਂਗੀਆਂ ਨਿਆਣਿਆਂ ਨੂੰ ਵੀ ਨਿਆਣੇ ਨੂੰ ਪਹਿਲੇ ਸਮਝਾ ਕੇ ਲਿਆਓ ਕਿਸੇ ਦੇ ਘਰ ਜਾ ਕੇ ਚੀਜ਼ ਨਹੀਂ ਛੇੜਨੀ ਹੋਰ ਕੀ ਸਾਡੇ ਨਿਆਣੇ ਨਿੱਕੇ ਨਿੱਕੇ ਅਸੀਂ ਜਦ ਕਿਸੇ ਚੀਜ਼ ਛੇੜ ਜਾਂਦੇ ਹਾਏ ਅਸੀਂ ਤਾਂ ਆਪ ਸਾਡੇ ਅਗਾਂਹ ਹੁਣ ਜਿਹੜੇ ਦੋਹਤੇ ਦੋਹਤੀਆਂ ਪੋਤੇ ਪੋਤੀਆਂ ਇਹਨਾਂ ਦਾ ਤਾਂ ਕਹਿਰ ਆਇਆ ਆ ਛੋਗੇ ਸੋ ਲੋਕ ਲੱਗੇ ਭੈਣ ਜੀ ਚਾਬੀਆਂ ਮੰਗਦੇ ਲੋਕ ਲੱਗੇ ਫਿਰ ਫੋਨ ਨਹੀਂ ਰਹਿਣ ਦਿੰਦੇ ਭੈਣ ਜੀ ਮੋਬਾਈਲਾਂ ਦੇ ਉੱਤੇ ਉਹੀ ਤੇ ਗੱਲ ਆ ਟੀਵੀ ਤੇ ਕਾਰਟੂਨ ਲਾਉਣੇ ਦਾਦੇ ਮਗਾਉਣੇ ਕਿਹੜੇ ਕਾਰਟੂਨ ਦੇਖਣੇ ਭੈਣ ਜੀ ਸਾਡੇ ਬਾਰੇ ਨਗਰ ਬਾਣੀ ਦਾ ਤਾਂ ਕੋਈ ਭੁੱਲ ਹੀ ਗਏ ਸਾਰੇ ਨਿਆਣੇ ਪਾਠ ਪੂਜਾ ਕਰ ਲਓ ਤੁਸੀਂ ਕੋਈ ਪਤਾ ਹੀ ਨਹੀਂ ਨਿਆਣਿਆਂ ਨੂੰ ਪਾਠ ਦਾ ਬੋਲਣ ਦੀ ਤਾਂ ਨਹੀਂ ਭੈਣ ਜੀ ਉਹਨਾਂ ਨੂੰ ਜਰਾਕ ਵੀ ਅਕਲ ਦਿੱਤੀ ਹੋ
आवाज मारो ना हूं हां पिंडा हाजी कह लैंदा आ ਅਜੇ ਕੋਈ ਆਇਆ ਨੂੰ ਅੱਖੀ ਦੀ ਅੱਖ ਦੇ ਇਸ਼ਾਰੇ ਨਾਲ ਸਮਝਦਾ ਨਹੀਂ ਸੀ ਨਿਆਣੇ ਹੋਰ ਕੀ ਭੈਣ ਜੀ ਥੱਕ ਇੰਨਾ ਹੋ ਗਿਆ ਨਾ ਵਿਆਹ ਦੇ ਵਿੱਚ ਥੱਕ ਤਾਂ ਹੋਣਾ ਸੀਗਾ ਹੋਰ ਕੀ ਹਾਏ ਹਾਏ ਕਿਤੇ ਲੋਕ ਖਾਂਦੇ ਆ ਭੈਣ ਜੀ ਪੈਲਸ ਦੇ ਵਿੱਚ ਕਿਤੇ ਹਾਏ ਹਾਏ ਨਹੀਂ ਭੈਣ ਜੀ ਕਿਤੇ ਭੋਗ ਵਾਲੇ ਦਿਨ ਲੋਕਾਂ ਨੇ ਅੱਧੋ ਸੁੱਧ ਕੀਤਾ ਰੋਟੀ ਦਾ ਭੈਣ ਜੀ ਖਾਂਦੇ ਘੱਟ ਖਰਾਬ ਜ਼ਿਆਦਾ ਕਰਦੇ ਆ ਜ਼ਿਆਦਾ ਕਰਦੇ ਹੋਰ ਕੀ ਪਲੇਟਾਂ ਉੱਤੇ ਤੱਕ ਲਾ ਲੈਂਦੀਆਂ ਟਿੱਕਣਾ ਜਨਾਨੀਆਂ ਪਕੌੜੇ ਉੱਤੇ ਤੱਕ ਵੀ ਤੁਸੀਂ ਮੈਂ ਤਾਂ ਕਹਿੰਦੀ ਦੂਜੇ ਪਾਸੇ ਵੀ ਪਾ ਲਓ ਪਲੇਟ ਦੇ ਮੁੜਕੇ ਲੈ ਲਓ ਤੁਸੀਂ ਥੋੜੇ ਤਾਂ ਮੁੜਕੇ ਲੈ ਲਓ ਹਾਂ ਹੈ ਨਹੀਂ ਭੈਣ ਜੀ ਪਤਾ ਨਹੀਂ ਕਿੱਥੇ ਪਾਈ ਜਾਂਦੀ ਬਹਿ ਕੇ ਲੈ ਕੇ ਖਾ ਕੇ ਇੱਕ ਪੇਟ ਉੱਥੇ ਖਾ ਲੈਣੀ ਆ ਬਹਿ ਕੇ ਫੇਰ ਭਰ ਲਿਓ ਫਿਰ ਦੂਏ ਸਾਹ ਬਹਿ ਖਾ ਲੈ ਹਾਂ ਹੈ ਨਹੀਂ ਭੈਣ ਜੀ ਇੰਨਾ ਮਖਰਾਂ ਢੇਡਾ ਕਟੋਏ ਓਏ ਹੋਏ ਮੈਂ ਤਾਂ ਹੈਰਾਨ ਦੇਖ ਕੇ ਫਿਰ ਭੈਣ ਜੀ ਚੱਕ ਚੱਕ ਕੇ ਬੋਲ ਜਾਂਦੀਆਂ ਆ ਉਹ ਤਾਂ ਫੇਰ ਨਿਆਣੇ ਚਲੋ ਬੰਦਾ ਲੈ ਜਾਂਦਾ ਜਿਹੜਾ ਘਰ ਬੰਦਾ ਹਾਏ ਹਾਏ ਨੀ ਆਹ ਮੈਨੂੰ ਆਦਤ ਬੜੀ ਭੈੜੀ ਲੱਗਦੀ ਏ ਚੱਕ ਚੱਕ ਕੇ ਲਿਜਾਣਾ ਫਿਰ ਰੋਟੀਆਂ ਲੈਣ ਆਈਆਂ ਟਿਫਨਾਂ ਦੇ ਵਿੱਚ ਮੇਰੀ ਸੱਸ ਦੀ ਰੋਟੀ ਦੇ ਦੇ ਮੇਰੇ ਸਹੁਰੇ ਦੀ ਰੋਟੀ ਦੇ ਦੇ ਮੇਰਾ ਘਰ ਵਾਲਾ ਸ਼ਾਮ ਨੂੰ ਹੋਣਾ ਉਹਦੀ ਰੋਟੀ ਦੇ ਦੇ ਵੀ ਦੱਸ ਅਸੀਂ ਕਿਤੇ ਇੰਨੀਆਂ ਦਾਲਾਂ ਸਬਜ਼ੀਆਂ ਬਣਾਈਆਂ ਆ ਤੁਹਾਡੇ ਲਈ ਚਲੋ ਉਹ ਤਾਂ ਲਿਜਾਣੀਆਂ ਜਾਂ ਚੁੱਲ੍ਹੇ ਨੂੰ ਦਿੱਤਾ ਸੱਦਾ ਚੁੱਲ੍ਹੇ ਸਿੱਤਾ ਤਾਂ ਜਿੰਨੇ ਬੰਦੇ ਹੁੰਦੇ ਉਹਨੂੰ ਸਾਰਿਆਂ ਨੇ ਖਾਣੀ ਹੁੰਦੀ ਹੈ ਨਾ ਭੈਣ ਜੀ ਮੈਨੂੰ ਇਹ ਕੰਮ ਨਹੀਂ ਪਸੰਦ ਹੈਗਾ ਚੱਕਮੀ ਰੋਟੀ ਦੇਣੀ ਤੈਨੂੰ ਕਿੱਦਾਂ ਨਹੀਂ ਪਸੰਦ ਲੋਕਾਂ ਦੇ ਘਰ ਖਾਣੀ ਵੀ ਜਿਵੇਂ ਤੂੰ ਕਿਹੜਾ ਨਹੀਂ ਚੱਕਦੀ ਰਹੀ ਹੋਈ ਹਾਂ ਹੈ ਮੈਂ ਆਪਣੀ ਵਾਤੇ ਚੇਤਾ ਭੁੱਲ ਜਾਂਦਾ ਭੈਣ ਜੀ ਮੈਂ ਇਕੱਲੀ ਰੰਡੀ ਜਨਾਨੀ ਮੇਰਾ ਆਦਮੀ ਸਿਰ ਤੇ ਨਹੀਂ ਮੈਂ ਤਾਂ ਲਿਜਾ ਸਕਦੀ ਹਾਂ ਫੇਰ ਵੀ ਤੂੰ ਲੈ ਜਾਂਦੀ ਹੁੰਦੀ ਸੀ ਲੈ ਜਾਂਦੀ ਹੁੰਦੀ ਸੀ ਮੇਰਾ ਰੋਟੀ ਜੇ ਤਾਂ ਮੈਂ ਰਾਤ ਨੂੰ ਖਾਣੀ ਹੈ ਅੱਛਾ ਤਾਂ ਭੈਣ ਜੀ ਤੂੰ ਹਰ ਗੱਲ ਵਿੱਚ ਮੈਨੂੰ ਕਾਹਤੇ ਵਿੱਚ ਘਸੋੜ ਦਿੰਦੀ ਨਹੀਂ ਕਰਦੀ ਨਾ ਉਹੀ ਜਠਾਣੀ ਵਾਲੀ ਗੱਲ ਹਰ ਗੱਲ 'ਚ ਮੈਨੂੰ ਘਸੋੜ ਲੈਣੀ ਹਰ ਗੱਲ 'ਚ ਮੈਨੂੰ ਘਸੋੜ ਲੈਣੀ ਤੂੰ ਜੂ ਹੈਂ ਹੁਣ ਅਗਲੇ ਨੂੰ ਚਲੋ ਰੋਟੀ ਤਾਂ ਖਾਣੀ ਮੈਂ ਕਿਹਾ ਜਾਇਆ ਵਾਂ ਦਾ ਮੱਥਾ ਡੰਮਿਆ ਵਾਂ ਫਿਰ ਮੂੰਹ ਬਣਾਈ ਫਿਰਨਾ ਆ ਵੀ ਮੈਂ ਚੱਲ ਤੈਨੂੰ ਸੰਭਾਲਾ ਦੇਵਾਂ ਭਾਜੀ 'ਤੇ ਆਵਾਂ ਸੰਭਾਲਾ ਦੇਣਾ ਹੀ ਤੂੰ ਮੈਨੂੰ ਕਿ ਲੋਕਾਂ ਨੇ ਦੱਸਣਾ ਹੀ ਆ ਮੈਂ ਤਾਂ ਲੋਕਾਂ ਦੱਸਣਿਆ ਹੀ ਆ ਦੱਸਣੀਆਂ ਹੀ ਲੋਕਾਂ ਦੀਆਂ ਉਹ ਭੈਣ ਜੀ ਪਹਿਲੇ ਜ਼ਿਲ੍ਹੇ 'ਚ ਤਾਂ ਇੱਦਾਂ ਹੀ ਜਾਂ ਨਾ ਸੱਦਦੀ ਫਿਰ ਲੋਕਾਂ ਨੂੰ ਕਿੱਦਾਂ ਦੇ ਲੋਕਾਂ ਦੇ ਨਿਆਣੇ ਭੈਣ ਜੀ ਕਿਤੇ ਇੱਕ ਤਾਂ ਅਥਰੇ ਇੰਨੇ ਇੱਕ ਖਾਣੋ ਨਹੀਂ ਹਟਦੇ ਖੇ ਸੁਆ ਜੋ ਹੱਥ ਮੈਂ ਮੁੰਡੇ ਨੂੰ ਕਿਹਾ ਸੀ ਥੋੜੀਆਂ ਚੀਜ਼ਾਂ ਲਾਈ ਉਹ ਤੱਕ ਲੈਣ ਲਾਈ ਉਹ ਚੀਜ਼ਾਂ ਦੀ ਚੀਜ਼ਾਂ ਦਾ ਦਾਦੇ ਮੰਗਾਉਣੇ ਨਾ ਵੀ ਨਹੀਂ ਕੀ ਕਿਤੇ ਮਚੂਰੀਆ ਕੀ ਕਹਿੰਦੇ ਹੁੰਦੇ ਆ ਓਹੋ ਭੈਣ ਜੀ ਉਹ ਗੋਲ ਗੋਲ ਜਿਹਾ ਬਣਾਏ ਉਹ ਵਿੱਚ ਹੈ ਫਿਰ ਨੂਡਲਾਂ ਫਿਰ ਉਹ ਕੀ ਕਹਿੰਦੇ ਹੁੰਦੇ ਮੈਨੂੰ ਨਹੀਂ ਨਾ ਆਉਂਦਾ ਭੈਣ ਜੀ ਡੋਸਾ ਕਿਤੇ ਐਡੀਆਂ ਐਡੀਆਂ ਰੋਟੀਆਂ ਜਿਹੜੀਆਂ ਪਾ ਕੇ ਵਿੱਚ ਆਲੂ ਭਰ ਕੇ ਦਿੰਦੇ ਆ ਹੈ ਗੋਲ ਗੱਫੇ ਵੱਖਰੇ ਭੈਣ ਜੀ ਭੱਲੇ ਵੱਖਰੇ ਮੈਂ ਤਾਂ ਇੱਕ ਜਗ੍ਹਾ ਬੈਠਦੀ ਨਹੀਂ ਮੈਂ ਤਾਂ ਜਿਹੜੇ ਮੁੰਡੇ ਵਰਤਾਉਂਦੇ ਹੁੰਦੇ ਮੈਂ ਇਹਨਾਂ ਨੂੰ ਕਹਿੰਦੀ ਵੀ ਮੈਨੂੰ ਇੱਥੇ ਪਾ ਕੇ ਲਿਆ ਦਿਓ ਸਾਰਾ ਕੁਛ ਖਰਚਾ ਪਤਾ ਕਿੰਨਾ ਹੋ ਗਿਆ ਕਰਜ਼ੇ ਥੱਲੇ ਆਉਣ ਵਾਲੀ ਗੱਲ ਹੈ ਤਾਂ ਲੋਕਾਂ ਨੂੰ ਫੜਾ ਕੇ ਮੂੰਹ ਫੇਰ ਪਿੰਗੇ ਤੇਰੇ ਵਰਗੀਆਂ ਦੇ ਲੋਕਾਂ ਦਾ ਖਾਧਾ ਨੀ ਤੇਰੇ ਵਰਗੀਆਂ ਦੇ ਫੇਰ ਮੂੰਹ ਪਿੰਗੇ ਸੁੱਜਿਓ ਲੋਕਾਂ ਦੇ ਖਾਧੇ ਨੀ ਤੂੰ ਮੈਂ ਤਾਂ ਕਿਹਾ ਚੱਲ ਦੇ ਕੇ ਆਵਾਂ ਕਿਤੇ ਤੈਨੂੰ ਸੰਭਾਲਾ ਦੇ ਕੇ ਆਵਾਂ ਭੈਣ ਆਪਣੀ ਨੂੰ ਫੜ ਮੈਂ ਤੇਰੇ ਖਾਣ ਵਾਲੀਆਂ ਸਾਰੀਆਂ ਚੀਜ਼ਾਂ ਲਿਆਂਦੀਆਂ ਆਹ ਤਾਂ ਲਿਆਂਦੀ ਮੈਂ ਤੇਰੇ ਲਈ ਇੱਕ ਫਰੂਟ ਹੀ ਫੜ ਪੀ ਅਮਰੂਦ ਦਾ ਜੂਸ ਆ ਫੜ ਬਜਿਆ ਸੀ ਉਹ ਲੈ ਕੇ ਨਹੀਂ ਆਉਂਦੇ ਕੁੜੀ ਵਾਲੇ ਟੋਕਰਾ ਲੈ ਕੇ ਆਏ ਸੀ ਫਰੂਟਾਂ ਦਾ ਆਹੋ ਉਹਦੇ ਵਿੱਚੋਂ ਮੈਂ ਕਿਹਾ ਚੱਲ ਇੱਕ ਭੈਣ ਮੇਰੀ ਤੇ ਠੰਡ ਪੈ ਜਾਊ ਅਮਰੂਦ ਆ ਵੀ ਤੈਨੂੰ ਸ਼ੂਗਰ ਆ ਉੱਦਾਂ ਵੀ ਚੰਗਾ ਹੁੰਦਾ ਮੈਂ ਕਿਹਾ ਚੱਲ ਭੈਣ ਆਪਣੀ ਲਈ ਲੈ ਜਾਂਦੀ ਹਾਂ ਤੇ ਇੱਕ ਮੈਂ ਆਹ ਤੇਰੇ ਲੈ ਆਈ ਫੁੱਲੇ ਨਿਆਣੇ ਪੌਪਕੋਰਨ ਮੈਂ ਚੱਲ ਪੋਲੀ ਪੋਲੀ ਚੀਤੇ ਤੋਂ ਖਾਧੀ ਜਾਊਗੀ ਨਹੀਂ ਭੈਣ ਜੀ ਖਾ ਲਾ ਤੇ ਆ ਲੈ ਭੈਣ ਜੀ ਗਰੀਬੀ ਦਾ ਆਵੇ ਦਾ ਸੰਭਾਲਾ ਲੈ ਲਾ ਜਿੱਦਾਂ ਦਾ ਹੈਗਾ ਆ
ਤੇ ਖਾ ਲਾ ਅਸਾਂ ਮਾਰ ਲਿਆ ਕਿ ਖਾ ਲੇ ਲਫਾਫਾ ਲੈ ਆਈ ਹਾਂ ਹੈ ਭੈਣ ਜੀ ਬਰਦਾਸ ਤੋਂ ਜੇ ਨਾ ਲੈ ਆਈ ਹੋ ਮੈਂ ਤਾਂ ਕਵੇਂ ਤੂੰ ਹਾਏ ਆ ਮਾਰਾ ਹਾਏ ਨਾ ਵਿੱਚ ਕੁਛ ਪਕੌੜੀਆਂ ਨਾ ਸੀ ਨਹੀਂ ਆ ਤਾਂ ਦੂਏ ਪਕੌੜੇ ਲੈ ਆਈ ਤੂੰ ਮੇਲੇ ਹਾਏ ਭੈਣ ਮੈਂ ਨਹੀਂ ਖਾਣਾ ਫਿਰ ਤਾਂ ਮੈਂ ਆ ਤੋੜਾ ਲੈਣਾ ना भैन जी मेरी गल तो सुन ला बिठाया सी हलवाई ओने कहा सीगा पी संभाला बनाना क्वांटल ते मैं मुंडे नु कहा पी मौसम हो गया हुण चेंज बिच कदी गर्मी हो जांदी बदलाखा जिहा हो गया ना मौसम ते मैं मुंडे नु कहा थोड़ा ही बनाई थोड़ा बनवाई है ना एवी कादे वास्ते इन्ना मुंडे दा मैं जोर देखना है ना तेन पता ही रिश्तेदार मैं देता कुड़िया भी देता हूँ जी गया संभाला मुक तेरी बारी पकौड़े भी भैन जी शुकर कर झूठ किथे झूठ थोड़ो है भैन जी ओदा बिचो न्याण ने मुंह मां मार लिया माड़ा मोटा तोड़ तोड़ खा लिया वा पनीर वाले न्याण चुंजा चुंजा मारी मैं रखे से फ्रिज च कुदरती मैं हाय हाय नी बाल भैन जी तो संभाल नहीं दी हो मेरे तो पकौड़े तीन तरह के पालक दे आलूआं दे पनीर दे ब्रेड दे भी न्याणे ने कहते माड़ा मोटा मुंह मारे फिर की होया न्याणे दा रब दा रूप हुंदे आ भैन जी हुण मैं चलदी आ ते तूं खा ला इन्हां नूं हुण अच्छा सिर मथे प्रवान करी नहीं जेड़ी चीज हुंदी भैन जी एदा ना करिया करो भैन जी देख लो भैन जी संभाला बचिया नहीं मैं की कर दी भैन जी अभी तो ब्याह दा ही आ चंगा मैं चल दी खाना तो खाने दे ना से है नी भैन जी तेरे किते एदा दे काम भैन जी ताडे मैं नहीं पढ़दी मुड़ के ताडे घर दफा होवो तुसी तू दफा हो जा ले जा पहले तो कैसे मारा।